विधानसभा हलका एक बार फिर मुड़ चर्चा च है। पुलथ विधानसभा हलके दे विधायक सुखपाल सिंह खैरा दा गुस्सा सप्तवें आसमान ते है। होवे भी क्यों ना, क्योंकि खैरा दे खिलाफ उना दे हलके विच विरोधियां ने अपमानजनक पोस्टर जो लगा देते ने। पोस्टरां विच पंजाब दे सीएम कैप्टन अमरिंदर सिंह नु भी नहीं बख्शा गया। उना खिलाफ भी किसी शरारती अंसर ने लगाए गए पोस्टरां ते गलत टिप्पणी जो की गई है। इस सारा कुछ होया पिछले दिनी खैरा दे कांग्रेस पार्टी च रलन तो बाद। खैर सियासत है, सियासत च बहुत कुछ चलता है। एक दूजे ते हमेशा ही तंज कसे जांदे ने, पर किसे दे खिलाफ निजी पोस्टर ला के अपशब्द लिखना किन्ना क जायज है तुसी भी जानदे हो। पर इस समय खैरा भड़के विखाई जरूर दे रहे ने। तुसी भी सुनो अपमानजनक लगाए गए पोस्टरां नूं लैके सुखपाल खैरा दा की कहना है। लगे रे झूठ सच कूड़ ये वो का दिल पर जाके इतना झूठ बोला यार। परसों चौथ का मेरे पिताजी के खिलाफ हो गया यार। ਉਹਦਾ ਹੈ ਹੀ ਨਹੀਂ ਯਾਰ, ਉਹਦਾ ਮਰ ਉਹਦਾ ਸਵਰਗਵਾਸ ਹੋ ਚੁੱਕੇ ਨੇ ਉਹਨਾਂ ਦੇ ਖਿਲਾਫ। ਉਹ ਮੇਰਾ ਮੈਂ ਸੁਣੀ ਨਹੀਂ ਯਾਰ, ਮੈਨੂੰ ਬਹੁਤ ਦੁੱਖ ਹੋਇਆ। ਤੁਸੀਂ ਮੇਰੇ ਖਿਲਾਫ ਬੋਲੋ ਯਾਰ, ਦੋ ਗੱਲਾਂ ਕਹਿ ਦਿਓ ਘੱਟੋ ਘੱਟ। ਆਪਣੇ ਕਿਸੇ ਦੇ ਮਾਂ ਪਿਓ ਤੇ ਤਾਂ ਗੱਲ ਕਰਨ ਤੋਂ ਪਹਿਲਾਂ ਸ਼ਰਮ ਕਰ ਲਓ ਯਾਰ। ਪਰ ਉਹ ਕਹਾਣੀ ਕੀ ਆ, ਉਹਨਾਂ ਦਾ ਸੰਸਕਾਰ ਹੀ ਹੈ ਨਹੀਂ ਹੈ। ਉਹਨਾਂ ਦੇ ਪੱਲੇ ਕੁਛ ਨਹੀਂ ਗਾ, ਉਹਨਾਂ ਦੇ ਅੰਦਰ ਕੁਛ ਨਹੀਂ। ਉਹ ਤਾਂ ਸਿਰਫ ਇੱਕ ਬੰਦੇ ਦੇ ਕਹਿਣ ਦੇ ਉੱਤੇ ਕਿਰਾਏ ਦੇ ਉੱਤੇ ਭੇਜਿਆ ਕਿ ਠਿਕਾਣੇ ਕਾ ਤੂੰ ਸਾਂਭ ਲੈ। ਮੇਰੀ ਉਹਨਾਂ ਨੂੰ ਨਾ ਵਾਰਨਿੰਗ ਆ, ਮੈਂ ਕੋਈ ਸਰਕਾਰ ਦੇ ਸਿਰ ਤੇ ਚੇਤਾਵਨੀ ਨਹੀਂ ਦੇਣਾ ਹੱਥ ਦੇ ਗਲਤ ਫਹਿਮੀ ਹੋਏ ਖਿਆਲ ਵਿੱਚ। ਖਬਰਦਾਰ ਜੇ ਮੇਰੇ ਮੁੜ ਕੇ ਪੇਰੈਂਟਸ ਦੇ ਮੁਤਲਕ ਕੋਈ ਇੱਕ ਸ਼ਬਦ ਵੀ ਕਿਹਾ ਇਹ ਤੋਂ ਬਾਅਦ ਮੈਂ ਬਖਸ਼ੂੰਗਾ ਨਹੀਂ। ਭਾਵੇਂ ਮੈਨੂੰ ਆਹੀ ਹੱਥ ਚੱਕਣਾ ਪਵੇ, ਆਹੀ ਜਿੱਥੇ ਮੈਨੂੰ ਮਿਲ ਗਿਆ ਨਾ ਆਹੀ ਹੱਥ ਚੱਕਣਾ ਪਵੇ, ਮੈਂ ਚੱਕ ਦੇਣਾ ਫਿਰ ਬੰਦਿਆਂ ਨੂੰ ਰਹਿ ਫਿਰਨਾ ਵਾ। ਜੇ ਤੈਨੂੰ ਲੱਗਦਾ ਕਿ ਟਿਕਟ ਮੰਗੀ ਮੰਗ ਲਾ ਟਿਕਟ, ਮੈਨੂੰ ਕੋਈ ਤਰਾਸ ਨਹੀਂ ਹੈਗਾ। ਮੈਂ ਜੇ ਪੰਜ ਇਲੈਕਸ਼ਨਾਂ ਲੜੀਆਂ ਇੱਥੇ, ਉਹਨਾਂ ਤੋਂ ਚਾਰ ਕਾਂਗਰਸ ਦੇ ਪਲੇਟਫਾਰਮ ਤੋਂ ਲੜੀਆਂ। ਮੈਂ ਕੋਈ ਹੰਕਾਰ ਨਾ ਸਮਝੋ ਇਸ ਗੱਲ ਦਾ ਕਦੀ ਵੀ। ਮੈਂ ਕਦੀ ਦਿੱਲੀ ਗਿਆ ਟਿਕਟ ਲੈਣ ਵਾਸਤੇ, ਦੱਸੋ ਤਾਂ ਇੱਥੇ ਤੁਸੀਂ ਬੈਠੇ ਸਾਰੇ ਜਣੇ, ਕਦੀ ਗਿਆ ਸੀ ਆ ਦੱਸੋ। ਦੇਖੇ ਤੁਸੀਂ ਕੁਛ ਲੋਕਾਂ ਨੇ ਕਸਬਿਆਂ ਦੇ ਵਿੱਚ ਲੱਗੇ ਹੋਏ ਨੇ, ਉਹ ਦੇਖੋ ਕਹਿ ਰਿਹਾ ਸੁਰਖਾ ਵਾਲਾ ਮੇਰਾ ਵੀਰ। ਗੱਲ ਪੋਸਟਰ ਬਾਰੇ ਜੀ ਇੱਥੇ ਨਹੀਂ ਲਾ ਤੇ ਯਾਰ, ਗੱਲ ਲੱਗ ਗਿਆ ਪੋਸਟਰ ਦੇ ਕੋਈ ਪੜਨਾ ਹੈ। ਹਾਂ ਫਲੈਕਸ ਵੀ ਪੜੀ ਕਰਦਾ ਇੱਕ ਫਲੈਕਸਾਂ ਪੜਦੇ ਨੇ ਕਮੀਨੇ ਆਣੀ ਹਰ ਇੱਕ ਤਰ੍ਹਾਂ ਬੰਦਿਆਂ ਨੂੰ ਲੜੋ ਨਾ ਸਾਹਮਣੇ ਆਣ ਕੇ ਜੇ ਪਤਾ ਲੱਗੇ ਤੁਹਾਡਾ। ਤੁਸੀਂ ਹੁਣ ਇਹਨੂੰ ਦੂਰੋਂ ਦੇਖ ਨਹੀਂ ਸਕਦੇ, ਲੇਕਿਨ ਆ ਮੀਡੀਆ ਨੂੰ ਮੈਂ ਦਿਖਾ ਦਿੰਦਾ। ਆਹ ਦੇਖੋ ਪੋਸਟਰ ਬਣਾਉਣਾ, ਆਪਣੇ ਅਮਰਿੰਦਰ ਸਿੰਘ ਦੀ ਬੇਇੱਜ਼ਤੀ ਕੀਤੀ, ਮੇਰਾ ਤਾਂ ਕੁਛ ਨਹੀਂ ਕਿਹਾ। ਕੈਪਟਨ ਦਾ ਇੱਕ ਪੋਸਟਰ ਬਣਾਇਆ ਇੰਨਾ ਗੰਦਾ, ਮੇਰਾ ਵੀ ਬਣਾਇਆ ਉਹਦਾ ਵੀ ਬਣਾਇਆ। ਔਰ ਇਹ ਚੋਰ ਜਿਹਾ ਬੰਦਾ ਇਹਨੂੰ ਗਲਤ ਕਰਨੀ, ਇਹ ਕਹਿੰਦਾ ਚੋਰੀਆਂ ਲਵਾ ਦਿਓ, ਰਾਤੀ ਲਾਏ ਜੀ 1:23 ਤੇ CCTV ਨੇ ਕੈਪਚਰ ਕੀਤਾ ਭਲਾਤ ਦੇ ਚੌਂਕ ਵਿੱਚ ਪੋਸਟਰ ਆਉਂਦੇ 1:23 ਤੇ ਕੌਣ ਲੋਕ ਫਿਰਦੇ, ਚੋਰ ਹੀ ਫਿਰਦੇ ਹੁੰਦੇ ਨੇ। ਮੂੰਹ ਬੰਨ ਕੇ ਚੋਰ ਆਏ ਹਾਲੇ ਸਾਰੇ ਇਲਾਕੇ ਦੇ ਪੋਸਟਰ ਆਏ 1:23 ਤੇ ਚੋਰਾਂ ਵਾਂਗੂ ਆਪ ਫਲੈਕਸਾਂ ਪਾੜਦੀਆਂ। ਇੱਕ ਮਹੀਨਿਆਂ ਦੀ ਹਰਕਤਾਂ ਵਾ, ਬੰਦਿਆਂ ਦੀ ਹਰਕਤਾਂ ਨਹੀਂ ਗੀਆਂ। ਇਸ ਕਰਕੇ ਮੈਂ ਜੋ ਕਹਿਣਾ ਸੀ ਉਹਦੇ ਮੁਤਲਕ ਕਹਿਤਾ, ਮੈਂ ਕਹਿਣ ਵਾਸਤੇ ਕਹਿਣ ਦੀ ਲੋੜ ਨਹੀਂ ਸੀ। ਮੈਂ ਮਹਾਂ ਫਜ਼ੂਲ ਬੰਦਾ ਬਿਲਕੁਲ ਜ਼ੀਰੋ, ਪਰ ਫਿਰ ਵੀ ਜੇ ਮੈਂ ਕਿਉਂਕਿ ਹਟਦਾ ਨਹੀਂ ਰੋਜ਼ ਦਿਹਾੜੀ ਇਹ, ਤੇ ਮੇਰਾ ਪਾਰਾ ਚੜਾ ਰਿਹਾ ਵਾ, ਤੇ ਇਹਦੇ ਬਾਰੇ ਮੈਂ ਇੰਨੀ ਸ਼ਬਦ ਕਹਿਣੇ ਤੁਹਾਡਾ ਸਾਰਿਆਂ ਦਾ। ਤੁਹਾਨੂੰ ਹੁਣ ਮੈਂ ਕਹਿਣਾ ਚਾਹੁੰਦਾ, ਹੁਣ ਤੁਹਾਨੂੰ ਫਿਰ ਕੰਫਿਊਜ਼ਨ ਪਾਈ ਜਾਣੀ, ਟਿਕਟ ਅਸੀਂ ਲੈਣ ਦੀ, ਟਿਕਟ ਇੱਥੇ ਪਈ ਆ, ਟਿਕਟ ਪਰਲੇ ਪਾਸੇ ਪਈ ਆ, ਟਿਕਟ ਇੱਥੇ ਦੀ ਜੇਲ੍ਹ ਪਈ ਆ। ਮੈਂ ਆਪਣੇ ਮੂੰਹ ਨਹੀਂ ਕਹਿਣਾ ਚਾਹੁੰਦਾ, ਮੇਰੇ ਸਮਝ ਗਏ ਨਾ ਤੁਸੀਂ ਕਿ ਨਹੀਂ ਸਮਝ ਗਿਆ। ਹੁਣ ਮੈਂ ਤਾਂ ਰੋਜ਼ ਰੋਜ਼ ਨਾ ਪੁੱਛੋ। ਕੋਜੀ ਜੀ ਘਟੀਆ ਸ਼ਰਾਰਤ ਕੀਤੀ ਆ, ਇੱਥੇ ਕੁਛ ਬੰਦੇ ਫਿਰਦੇ ਨੇ ਕਰਿੰਦਾ ਟਾਈਪ, ਕ੍ਰਿਮੀਨਲ ਟਾਈਪ, ਛੋਟੇ ਪੱਧਰ ਜਿਹੜੇ ਕ੍ਰਿਮੀਨਲ ਨਹੀਂ ਹੁੰਦੇ, ਉਹ ਜਿਹੜੇ ਬੰਦੇ ਨੇ ਉਹਨਾਂ ਨੇ ਪਹਿਲਾਂ ਇਹ ਪੋਸਟਰ ਆਪਣੇ ਵਟਸਐਪ ਤੋਂ ਸ਼ੇਅਰ ਕੀਤਾ ਵਾ। ਤੁਸੀਂ ਉਹਨਾਂ ਦਾ ਵਟਸਐਪ, ਅਗਰ ਤੁਸੀਂ ਮੀਡੀਆ ਵਾਲੇ ਉਹਨਾਂ ਨੂੰ ਐਕਸੈਸ ਕਰ ਸਕਦੇ ਆ, ਉਹਨਾਂ ਨੇ ਆਪਣੇ ਵਟਸਐਪ ਤੋਂ ਇਹ ਜਿਹੜਾ ਪੋਸਟਰ ਬਣਾਇਆ ਅਪਮਾਨਜਨਕ, ਮੇਰੀ ਨਹੀਂ ਹੈ, ਮੇਰਾ ਅਪਮਾਨ ਨਹੀਂ ਹੋਇਆ, ਚ ਕੈਪਟਨ ਅਮਰਿੰਦਰ ਸਿੰਘ ਦਾ ਅਪਮਾਨ ਕੀਤਾ ਵਾ, ਡੈਰੋਗੇਟਰੀ ਸ਼ਬਦ ਲਿਖੇ ਹੋਏ ਨੇ, ਤਸਵੀਰਾਂ ਬਣਾਈਆਂ ਨੇ, ਉਹ ਉਸ ਘਟੀਆ ਬੰਦੇ ਨੇ ਪਹਿਲਾਂ ਉਹਨੂੰ ਕਾਫੀ ਬੰਦਿਆਂ ਨਾਲ ਇਲਾਕੇ ਵਿੱਚ ਸ਼ੇਅਰ ਕੀਤਾ, ਹੋਪਿੰਗ ਕਿ ਇਹ ਵੱਡੇ ਵੱਡੇ ਪੇਜਾਂ ਦੇ ਉੱਤੇ ਸ਼ੇਅਰ ਹੋ ਜੂਗਾ, ਵਾਇਰਲ ਹੋ ਜੂਗਾ। ਉਹ ਕਿਸੇ ਨੇ ਸ਼ੇਅਰ ਹੀ ਨਹੀਂ ਕੀਤਾ। ਜਦੋਂ ਉਹਨੇ ਦੇਖਿਆ ਕਿ ਇਹ ਨਹੀਂ ਹੋ ਸਕਦਾ, ਉਹਨੇ ਪ੍ਰਿੰਟ ਆਊਟ ਕਢਾ ਕੇ ਪੋਸਟਰ ਤੇ ਕੱਲ ਰਾਤ ਚੋਰਾਂ ਵਾਂਗੂ ਸਾਰੇ ਹਲਕੇ ਦੇ ਵਿੱਚ ਪੋਸਟਰ ਲਗਵਾ ਦਿੱਤੇ ਨੇ। ਮੈਂ ਉਹਦੀਆਂ ਤਸਵੀਰਾਂ ਖਿੱਚ ਕੇ CCTV ਅਸੀਂ ਰਿਕਾਰਡਿੰਗਸ ਕਢਾ ਰਹੇ ਹਾਂ। ਜਿੱਦਾਂ ਭਲੱਥ ਦੇ ਆ ਚੌਂਕ ਵਿੱਚ 1:23 ਚੋਰਾਂ ਨੇ ਰਾਤ ਨੂੰ ਪੋਸਟਰ ਲਾਇਆ, ਚੋਰ ਇਹੋ ਜਿਹੇ ਕੰਮ ਕਰਦੇ ਹੁੰਦੇ ਨੇ। ਇਸ ਕਰਕੇ ਇਹ ਜਿਹੜੇ ਪੋਸਟਰ ਲਾਏ ਨੇ, ਇਹਨਾਂ ਨੇ ਅਮਰਿੰਦਰ ਸਿੰਘ ਦਾ ਤੋਹੀਨ ਕੀਤੀ ਹੈ। ਕੱਲ੍ਹ ਜਲੰਧਰ ਬੈਠ ਕੇ ਉੱਥੇ ਨਾ 3 'ਚ ਨਾ 13 'ਚ ਅਤੇ ਨਾ ਟੋਕਰੇ ਦੇ 12 'ਚ, ਅਤੇ ਕੱਲ੍ਹ ਉੱਥੇ ਕਹਿੰਦੇ ਜੀ ਟਿਕਟ ਦੇ ਦਾਅਵੇਦਾਰ ਆ, ਟਿਕਟ ਤਾਂ ਤੈਨੂੰ ਕਿਸੇ ਆਟੋ ਦੀ ਮੰਗ ਲਾ, ਕਿਸੇ ਬੱਸ ਦੀ ਮੰਗ ਸਕਦਾ ਵਾਂ। ਮੇਰਾ ਖਿਆਲ ਇਹਦੀ ਮਾਤਾ ਲੜੀ ਸੀ, ਇਹਦੀ ਖਰੇ 200 ਵੋਟ ਪਈ ਸੀ ਉਹਨੂੰ, ਭਲਾ ਉੱਥੇ ਜਲੰਧਰੋਂ ਕਿਤਾ। ਐਨੀਵੇਜ਼ ਮੈਂ ਉਸ ਗੱਲ 'ਚ ਨਹੀਂ ਪੈਂਦਾ ਜੀ, ਪਰ ਜਿਹੜਾ ਕੱਲ੍ਹ ਉੱਥੇ ਅਮਰਿੰਦਰ ਦੇ ਖਿਲਾਫ ਬੋਲੇ ਨੇ ਕਿ ਅਮਰਿੰਦਰ ਸਿੰਘ ਐਂ ਕਰਤਾ ਪਾਰਟੀ ਹਾਈਕਮਾਂਡ, ਉਹ ਪੱਤਰਕਾਰਾਂ ਨੇ ਕਿਹਾ ਕਿ ਖੈਰੇ ਨੂੰ ਸਭ ਕੁਛ ਜਾਣਨ ਤੋਂ ਬਾਅਦ
कैप्टन अमरिंदर सिंह ने पार्टी में लिया, यह मतलब तुसी कैप्टन दे अमरिंदर दे फैसले दे उत्ते एतराज कर रहे हो, कोई जवाब नहीं सका। इस करके कांग्रेस में शामिल होए थे 1984 का दौर चलता पिया वा, और बारे तुसी की कहना चाहते हो, की कारण है कि कांग्रेस में इन्हां दिनां च क्यों आना पै गया? हले फॉर्मल ज्वाइनिंग तो हुई नहीं कि जी, यह तो सिर्फ एक अमरिंदर सिंह दिल्ली जाने तो पहला एक तस्वीर सी जिहड़ी कि अल्टीमेटली ज्यादा सोशल मीडिया उत्ते वायरल।